ਕਿੰਨੀ ਉਮਰ ਹੈ ਤੁਹਾਡੀ 35 ਠੀਕ ਹੈ ਪਹਿਲੇ ਤੇ ਇਹ ਦੱਸੋ ਕਿ ਤੁਹਾਡੀ ਆਪਰੇਸ਼ਨ ਤੋਂ ਪਹਿਲੇ ਕੀ ਪਰੇਸ਼ਾਨੀ ਸੀ ਡਾਕਟਰ ਮੈਨੂੰ ਬਹੁਤ ਪਰੇਸ਼ਾਨੀ ਸੀ ਮੈਂ ਨਾ ਚੱਲ ਨਹੀਂ ਪਾਉਂਦੀ ਸੀ ਅੱਛੇ ਤਰੀਕੇ ਕਿਉਂ ਹਾਂਜੀ ਮੇਰਾ ਜਿਹੜਾ ਇਹ ਪੈਰ ਸੀ ਨਾ ਕਿਹੜੇ ਵਾਲਾ ਪੈਰ ਸੀ ਇਹ ਵਾਲਾ ਪੈਰ ਸੀ ਹਾਂ ਇਹ ਨੀਚੇ ਨਹੀਂ ਸੀ ਲੱਗਦਾ ਹੁਣ ਲਗਾ ਕੇ ਦਿਖਾਓ ਹੁਣ ਮੇਰਾ ਬਹੁਤ ਅੱਛੇ ਤਰੀਕੇ ਨੀਚੇ ਲੱਗਦਾ ਹੈ ਇਹਨੂੰ ਉੱਤੇ ਕਦੋਂ ਥੋੜਾ ਜਿਹਾ ਹਾਂ ਥੱਲੇ ਲੱਗ ਗਿਆ ਹੁੰਦੇ ਬਿਲਕੁਲ ਅੱਛਾ ਹਾਂਜੀ ਡਾਕਟਰ ਮੈਂ ਨਾ ਬਹੁਤ ਟੈਨਸ਼ਨ ਚ ਰਹਿੰਦੀ ਸੀ ਬਹੁਤ ਪਰੇਸ਼ਾਨ ਟੈਨਸ਼ਨ ਕਿਉਂ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਪੈਰ ਠੀਕ ਹੋ ਜਾਏਗਾ ਅੱਛਾ ਤਾਂ ਮੈਂ ਇੱਕ ਵਾਰ ਫੋਨ ਦਿੱਤੇ ਸਰਚ ਮਾਰ ਕੇ ਮਤਲਬ ਇੱਥੇ ਵੇਖ ਰਹੀ ਸਾਂ ਮੈਨੂੰ ਤੁਹਾਡੇ ਹਸਪੀਟਲ ਦਾ ਪਤਾ ਲੱਗਾ ਤਾਂ ਇਸ ਲਈ ਮੈਂ ਆਈ ਤੁਹਾਡੇ ਕੋਲ ਔਰ ਤੁਸੀਂ ਮੈਨੂੰ ਕਿਹਾ ਹਾਂਜੀ ਤੇਰਾ ਪੈਰ ਠੀਕ ਹੋ ਸਕਦਾ ਹੈ ਤਾਂ ਮੈਂ ਆਪਰੇਸ਼ਨ ਕਰਵਾਇਆ ਆਪਰੇਸ਼ਨ ਕਰਵਾਉਣ ਤੋਂ ਬਾਅਦ ਮੈਨੂੰ ਕਾਫੀ ਬੈਨੀਫਿਟ ਤੇ ਮੇਰੇ ਟਾਈਮ ਪਹਿਲੇ ਤੇ ਦੱਸ ਆਪਰੇਸ਼ਨ ਤੋਂ ਪਹਿਲੇ ਕਿਵੇਂ ਚੱਲਦੀ ਸੀ ਕੋਈ ਖੜੀ ਹੋ ਕੇ ਚੱਲਦੀ ਆਪਰੇਸ਼ਨ ਤੋਂ ਪਹਿਲੇ ਹਾਂਜੀ ਮੇਰਾ ਨਾ ਜਿਹੜਾ ਪੈਰ ਸੀ ਨਾ ਇਹ ਡਾਕਟਰ ਤੇ ਬਿਲਕੁਲ ਨੀਚੇ ਸੀ ਇਹਨੂੰ ਉੱਤੇ ਬਿੱਤੇ ਤੋਂ ਲੱਗਾ ਹਾਂ ਉੱਤੇ ਏਡੀ ਕਿੰਨੀ ਉੱਤੇ ਸੀ ਉਦੋਂ ਇੰਨੀ ਕਿੰਨੀ ਕਾਫੀ ਉੱਪਰ ਸੀ ਅੱਛਾ ਤੇ ਕਿੰਨੀ ਦੇਰ ਚੱਲ ਲੈਂਦੀ ਸੀ ਉਦੋਂ ਮੈਂ ਚੱਲ ਲੈਂਦੀ ਸੀ ਘੰਟਾ ਕੁ ਚੱਲ ਲੈਂਦੀ ਸੀ ਠੀਕ ਹੈ ਪਰ ਥੱਕ ਜਾਂਦੀ ਸੀ ਥੱਕ ਜਾਂਦੀ ਸੀ ਕੀ ਹੋਰ ਕੀ ਪਰੇਸ਼ਾਨੀ ਹੁੰਦੀ ਸੀ ਤੈਨੂੰ ਔਰ ਮੈਂ ਹਿਲ ਵਗੈਰਾ ਨਹੀਂ ਪਾ ਸਕਦੀ ਸਾਂ ਅੱਛਾ ਹੁਣ ਮੈਂ ਹਿਲ ਵਗੈਰਾ ਪਾ ਸਕਦੀ ਆ ਹਰ ਤਰੀਕੇ ਦੀ ਚੱਪਲ ਸੈਂਡਲ ਮੈਂ ਪਾ ਸਕਦੀ ਪਹਿਲੇ ਨਹੀਂ ਪਾ ਸਕਦੀ ਪਹਿਲੇ ਨਹੀਂ ਪਾ ਸਕਦੀ ਸੀ ਅੱਛਾ ਤੋ ਮਤਲਬ ਹੁਣ ਮੈਂ ਦੋ ਦੋ ਤਿੰਨ ਤਿੰਨ ਘੰਟੇ ਚੱਲ ਹੀ ਲੈਣੀ ਆ ਤਿੰਨ ਤਿੰਨ ਘੰਟੇ ਹਾਂਜੀ ਵੈਰੀ ਗੁੱਡ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਸਾਰੀ ਟੈਨਸ਼ਨ ਦੂਰ ਹੋ ਗਈ ਹੈ ਔਰ ਪਹਿਲੇ ਟੈਂਸ ਰਹਿੰਦੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਬਹੁਤ ਜ਼ਿਆਦਾ ਔਰ ਹੁਣ ਹੁਣ ਮੈਂ ਬਹੁਤ ਹੈਪੀ ਆ ਬਹੁਤ ਮੈਨੂੰ ਅੱਛਾ ਫੀਲ ਹੁੰਦਾ ਹੈ ਬਹੁਤ ਬੈਨੀਫਿਟ ਹੈ ਮੈਨੂੰ ਵੈਰੀ ਗੁੱਡ ਵੈਰੀ ਗੁੱਡ ਕੀ ਕੀ ਬੈਨੀਫਿਟ ਹੋਏ ਨੇ ਇਹਦੇ ਨਾਲ ਬੈਨੀਫਿਟ ਡਾਕਟਰ ਮੇਰਾ ਪੈਰ ਨੀਚੇ ਆ ਗਿਆ ਹਾਂ ਔਰ ਜੋ ਮੈਂ ਸੋਚਿਆ ਜਿਹੜੀ ਇਹਦੀ ਉੱਤੇ ਹਵਾ ਚ ਰਹਿੰਦੀ ਸੀ ਹਾਂਜੀ ਉਹ ਨੀਚੇ ਉਹ ਤੱਲੇ ਆ ਗਈ ਅੱਛਾ ਔਰ ਜਦੋਂ ਮੈਂ ਸੈਂਡਲ ਪਾਣਾ ਚਾਹਨੀ ਸਾਂ ਕੋਈ ਵੀ ਆਪਣੇ ਦਿਲ ਦੇ ਕੋਈ ਸਬਦੀ ਸੀ ਮੇਰੀ ਉਹ ਨਹੀਂ ਪਾ ਉਹ ਦੋ ਨਹੀਂ ਪਾ ਸਕਦੀ ਮੈਂ ਨਹੀਂ ਪਾ ਸਕਦੀ ਸਾਂ ਹੋਰ ਮੈਂ ਹਰ ਤਰੀਕੇ ਦੇ ਚੱਪਲ ਹਰ ਤਰੀਕੇ ਦਾ ਪਾ ਸਕਦੀ ਹਾਂ ਵੈਰੀ ਗੁੱਡ ਔਰ 3-4 ਘੰਟੇ ਟਾਈਮ ਨੂੰ ਚਲਾ ਲਓ ਮੈਂ ਚੱਲ ਸਕਦੀ ਹਾਂ ਅੱਛਾ 3-4 ਘੰਟੇ ਚੱਲ ਵੀ ਸਕਦੀ ਚੱਲ ਸਕਦੀ ਹਾਂ ਵੈਰੀ ਗੁੱਡ ਤੋ ਡਾਕਟਰ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਔਰ ਤੁਸੀਂ ਮੇਰਾ ਪੈਰ ਠੀਕ ਕੀਤਾ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੇਰਾ ਪੈਰ ਠੀਕ ਹੋ ਜਾਏਗਾ ਇਹ ਤੇ ਰੱਬ ਦੀ ਮਿਹਰਬਾਨੀ ਹੈ ਤੂੰ ਹੀ ਨਹੀਂ ਸੋਚਿਆ ਸੀ ਤੇ ਅਸੀਂ ਵੀ ਨਹੀਂ ਸੋਚਿਆ ਸੀ ਕਿ ਇੰਨਾ ਅੱਛਾ ਪੈਰ ਬਣ ਜਾਏਗਾ ਇੱਕ ਸਾਲ ਪਹਿਲੀ ਜੋ ਪੋਜੀਸ਼ਨ ਸੀ ਔਰ ਅੱਜ ਜੋ ਪੋਜੀਸ਼ਨ ਹੈ ਉਹਨਾਂ ਦੋਨਾਂ 'ਚ ਕੋਈ ਫਰਕ ਹੈ ਡਾਕਟਰ 100 ਵਿੱਚ ਨਾ ਮੈਨੂੰ 95% ਮੈਨੂੰ ਫਰਕ ਹੈ ਆਪਰੇਸ਼ਨ ਤੋਂ ਪਹਿਲੇ ਔਰ ਹੁਣ ਵਿੱਚ 95% ਦਾ ਫਰਕ ਹੈ ਵੈਰੀ ਗੁੱਡ ਔਰ ਇਹ ਵੀ ਤੈਨੂੰ ਪਤਾ ਹੈ ਕਿ ਤੇਰੇ ਪੈਰ ਵਿੱਚ ਕੋਈ ਵੀ ਮਸਲ ਨਹੀਂ ਹੈਗੀ ਤਾਂ ਵੀ ਇੰਨਾ ਫਰਕ ਹੈ ਬਹੁਤ ਜ਼ਿਆਦਾ ਮਤਲਬ ਮੇਰੀ ਲਾਈਫ ਚੇਂਜ ਹੋ ਗਈ ਡਾਕਟਰ ਲਾਈਫ ਚੇਂਜ ਹੋ ਗਈ ਲਾਈਫ ਚੇਂਜ ਹੋ ਗਈ ਪਹਿਲੇ ਮੈਂ ਨਹੀਂ ਸੋਚਿਆ ਸੀ ਮੈਂ ਸੋਚਨੀ ਸਾਂ ਮੇਰੀ ਲਾਈਫ ਬੇਕਾਰ ਹੈ ਅੱਛਾ ਡਿਪਰੈਸ ਰਹਿੰਦੀ ਸੀ ਤੂੰ ਬਹੁਤ ਜ਼ਿਆਦਾ ਮੈਂ ਮਤਲਬ ਪਰੇਸ਼ਾਨ ਹੀ ਰਹਿੰਦੀ ਸਾਂ ਵੈਰੀ ਗੁੱਡ ਹੁਣ ਮੈਨੂੰ ਜੀਣ ਦਾ ਮੇਰਾ ਦਿਲ ਕਰਦਾ ਹੈ ਕਿ ਹਾਂ ਠੀਕ ਹੈ ਅੱਛਾ ਮੇਰਾ ਪੈਰ ਠੀਕ ਹੈ ਹਾਂ ਮੈਨੂੰ ਵੀ ਜੀਣਾ ਹੈ ਅੱਛਾ ਮੈਂ ਵੀ ਦੂਜਿਆਂ ਵਾਂਗ ਰਹਿਣੀ ਆ ਅੱਛਾ ਮੈਂ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦੀ ਕਿਸੇ ਤੋਂ ਵੈਰੀ ਗੁੱਡ ਤੇ ਮੈਂ ਬਹੁਤ ਅੱਛੀ ਹਾਂ ਕੰਫੀਡੈਂਸ ਲੈਵਲ ਬਹੁਤ ਗਿਆ ਬਹੁਤ ਜ਼ਿਆਦਾ ਉਹ ਤੇ ਗਲੋ ਵੀ ਆ ਗਏ ਅੱਛੀ ਹੋ ਗਈਆਂ ਸੁੰਦਰ ਵੀ ਹੋ ਗਈਆਂ ਅਜੇ ਮੂੰਹ ਤੇ ਗਲੋ ਆ ਗਿਆ ਪਹਿਲੇ ਨਾਲ ਸੋਹਣੀ ਹੋ ਗਈ ਹੈ ਤੇ ਸੁੰਦਰ ਨਾ ਕਹਿਣਾ ਸੋਹਣੀ ਕਹਿ ਸੋਹਣੀ ਹੋ ਗਈ ਹੈ ਹਾਂ ਔਰ ਕੋਈ ਵੀ ਕੋਲੇ ਪੇਸ਼ੈਂਟ ਨਹੀਂ ਕਹਿ ਸਕਦਾ ਵੈਰੀ ਗੁੱਡ ਵੈਰੀ ਗੁੱਡ ਪਹਿਲੇ ਤੈਨੂੰ ਬੁਰਾ ਲੱਗਦਾ ਸੀ ਕਿ ਉਹ ਹੁਣ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਔਰ ਮੇਰੇ ਇੱਕ ਹੀ ਚੱਪਲ ਲੱਗੀ ਸੀ ਮੈਂ ਚੱਲ ਨਹੀਂ ਪਾਉਂਦੀ ਸਭ ਕੋਈ ਚੱਪਲ ਨਹੀਂ ਮੈਂ ਪਾਵਾਂ ਨਹੀਂ ਸਭ ਹੁਣ ਮੈਨੂੰ ਕਿਸੇ ਕੋਈ ਵੀ ਸੈਂਡਲ ਵਗੈਰਾ ਪਵਾ ਸਕਦੇ ਵੈਰੀ ਮੈਂ ਬਹੁਤ ਖੁਸ਼ ਹਾਂ ਔਰ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਰਮਾਤਮਾ ਦਾ ਦਰ ਪਰਮਾਤਮਾ ਦਾ ਪਰਮਾਤਮਾ ਦਾ ਵੀ ਕਰਨਾ ਚਾਹੁੰਦੀ ਹਾਂ ਤੁਹਾਡਾ ਵੀ ਕਰਨਾ ਚਾਹੁੰਦੀ ਹਾਂ ਇੱਕ ਵਾਰੀ ਪੈਰ ਦੇਖ ਲਈ ਬੇਟੇ ਦਾ ਥੋੜਾ ਜਿਹਾ ਦੁੱਖ ਹੋ ਗਿਆ ਐਸਾ ਥੈਂਕ ਪਹਿਲੇ ਤੇਰਾ ਪੈਰ ਬਿਲਕੁਲ ਇਸ ਤਰ੍ਹਾਂ ਸੀ ਹਾਂਜੀ ਉਹ ਟੇੜਾ ਸੀ ਇਹ ਫਿਰ ਇਹ ਵਾਲਾ ਆਪਰੇਸ਼ਨ ਹੋ ਰਿਹਾ ਹੈ ਆਪਰੇਸ਼ਨ ਹੋ ਰਿਹਾ ਹੈ ਲੈ ਲੈ ਮੇਰੇ ਡਾਕਟਰ ਇਹ ਬਿਲਕੁਲ ਬਣਦੀ ਨਹੀਂ ਸੀ ਹੁਣ ਇੱਕ ਕਾਫੀ ਬਣ ਗਈ ਹੁਣ ਸੋਹਣੀ ਬਣ ਗਈ ਹੈ ਹੈ ਨਾ ਔਰ ਪੈਰ ਵੀ ਆਰਾਮ ਨਾਲ ਤੱਲੇ ਪੈ ਗਏ ਪਹਿਲੇ ਹੀਲ ਤੱਲੇ ਨਹੀਂ ਲੱਗਦੇ ਹੁੰਦੇ ਸੀ ਇੱਕ ਆਪਰੇਸ਼ਨ ਇਹ ਹੋਇਆ ਹੈਗਾ ਤੇਰਾ ਇਹ ਵਾਲਾ ਔਰ ਇੱਕ ਆਪਰੇਸ਼ਨ ਇਹ ਹੋਇਆ ਦੋਨੋਂ ਇੱਕ ਇੱਕ ਹੀ ਟਾਈਮ ਵਿੱਚ ਚਲੋ ਠੀਕ ਥੈਂਕ ਯੂ ਵੈਰੀ ਮਚ ਬੇਟੇ ਤੂੰ ਸਾਡੇ ਹਸਪਤਾਲ ਨੂੰ ਚੁਣਿਆ ਆਪਣੇ ਇਲਾਜ ਵਾਸਤੇ ਔਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਠੀਕ ਹੋ ਰਹੀ ਹੈ ਔਰ ਈਵਨ ਇੱਕ ਸਾਲ ਪਹਿਲੇ ਜਿੰਨੀ ਠੀਕ ਸੀ ਉਸ ਤੋਂ ਜ਼ਿਆਦਾ ਧੀਰੇ 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 ਹੋਰ ਠੀਕ ਹੁੰਦੀ ਜਾ ਰਹੀ ਹੈ ਠੀਕ ਹੈ ਨਾ ਠੀਕ ਹੋਣਾ ਰੁਕ ਨਹੀਂ ਗਿਆ ਠੀਕ ਹੋਣਾ ਹੋਰ ਚੱਲਦਾ ਜਾ ਰਿਹਾ ਡਾਕਟਰ ਚੱਲਦਾ ਜਾ ਰਿਹਾ ਜਿਸਾ ਜਿਸਾ ਦਿਨ ਵੱਧਦੇ ਜਾ ਰਹੇ ਨੇ ਬੈਨੀਫਿਟ ਵੀ ਮੇਰੇ ਵੱਧਦੇ ਜਾ ਰਹੇ ਨੇ ਪਹਿਲੇ ਇਮੋਸ਼ਨ ਵਗੈਰਾ ਕਿੰਨਾ ਸੀ ਬਹੁਤ ਘੱਟ ਸੀ ਹੁਣ ਪਹਿਲੇ ਨਾਲੋਂ ਜ਼ਿਆਦਾ ਹੈ ਮੈਂ ਸੱਚੇ ਮਨ ਨਾਲ ਡਾਕਟਰ ਕਹਿ ਰਹੀ ਹਾਂ ਕਿ ਮੈਂ ਤੁਹਾਡਾ ਧੰਨਵਾਦ ਥੈਂਕ ਯੂ ਕਰਨਾ ਚਾਹੁੰਦੀ ਹਾਂ ਪਹਿਲਾ ਉਹਨਾਂ ਦੂਜਾ ਨੰਬਰ ਤੁਹਾਡਾ
ਥੈਂਕ ਯੂ ਵੈਰੀ ਮਚ ਬੇਟੇ ਤੂੰ ਆਈ ਜੋ ਸਾਡੇ ਤੋਂ ਬਣ ਸਕਿਆ ਸੀ ਜ਼ਰੂਰ ਕੀਤੇ ਤੇਰੇ ਵਾਸਤੇ ਔਰ ਤੂੰ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨੀ ਹੈ ਥੈਂਕ ਯੂ ਵੈਰੀ ਮਚ